लुधियाणा के प्रसिद्ध SPS हस्पताल विच गोडे बदलन का मैगा कैंप शुरू हो गया है जो कि 31 जनवरी तक चलेगा। इस कैंप विच सरकारी रेटा ते गोडे बदले जाणगे जिस विच एक गोडे बदलन का रेट 82,000 ते दोवें गोडे सिर्फ 1,60,000 विच बदले जाणगे जिसका मार्केट रेट 2,25,000 तो 2,50,000 रुपये है। की कहिंदे ने आर्थो के माहिर डॉक्टर हरमनदीप सिंह पवार ते डॉक्टर मनीष बांसल, ਤੁਸੀਂ ਉਹਨਾਂ ਦੀ ਜ਼ੁਬਾਨੀ ਆਪ ਸੁਣੋ। ਹਾਂਜੀ ਡਾਕਟਰ ਸਾਹਿਬ, SPS ਹਸਪੀਟਲ ਵਿੱਚ ਸੁਣਿਆ ਵੀ ਮੈਗਾ ਕੈਂਪ ਚੱਲ ਰਿਹਾ, ਉਹਦੇ ਬਾਰੇ ਕੁਛ ਵਿਸਥਾਰਪੂਰਵਕ ਜਾਣਕਾਰੀ ਦੇਵੋ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਹਰਮਨਦੀਪ ਸਿੰਘ ਹੈ, ਮੈਂ ਇੱਥੇ ਸੀਨੀਅਰ ਜੁਆਇੰਟ ਰਿਪਲੇਸਮੈਂਟ ਸਰਜਨ ਹਾਂ। ਨਵੇਂ ਸਾਲ ਦੇ ਮੌਕੇ 'ਤੇ SPS ਹਸਪੀਟਲ ਸਾਰੇ ਪੰਜਾਬ ਵਾਸੀਆਂ ਅਤੇ ਬਾਕੀ ਦੇ ਦੇਸ਼ ਵਾਸੀਆਂ ਵਾਸਤੇ ਇੱਕ ਮੈਗਾ ਕੈਂਪ ਲੈ ਕੇ ਆਇਆ ਹੈ ਜਿਸ ਦੇ ਵਿੱਚ ਬਹੁਤ ਹੀ ਵਾਜਿਬ ਰੇਟਾਂ 'ਤੇ ਅਸੀਂ ਗੋਡੇ ਦੀ ਬਦਲੀ ਦੀ ਸਰਜਰੀ ਕਰਕੇ ਦੇਵਾਂਗੇ। ਜਦੋਂ ਗੋਡਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ, ਪੇਸ਼ੈਂਟ ਨੂੰ ਉੱਠ ਕੇ ਪੌੜੀਆਂ ਚੜ੍ਹਨਾ ਜਾਂ ਚੱਲਣਾ ਫਿਰਨਾ ਅਤੇ ਬੈਠੇ ਬੈਠੇ ਵੀ ਜੇ ਬਹੁਤ ਜ਼ਿਆਦਾ ਦਰਦ ਰਹਿਣਾ ਸ਼ੁਰੂ ਹੋ ਜਾਵੇ ਤਾਂ ਖਰਾਬੀ ਦੀ ਵਜ੍ਹਾ ਨਾਲ ਕਦੀ ਕਦੀ ਉਹਨਾਂ ਨੂੰ ਕੋਈ ਸਰਜਨ ਜਾਂ ਡਾਕਟਰ ਜਦੋਂ ਨੀ ਰਿਪਲੇਸਮੈਂਟ ਦੀ ਸਲਾਹ ਦਿੰਦਾ ਹੈ ਤਾਂ ਆਪਾਂ ਨੂੰ ਉਸ ਚੀਜ਼ ਦੇ ਪਿੱਛੇ ਘੌਲ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਡਾਕਟਰ ਦੀ ਸਲਾਹ ਮੰਨ ਕੇ ਅਤੇ ਨੀ ਰਿਪਲੇਸਮੈਂਟ ਕਰਾਉਣਾ ਚਾਹੀਦਾ ਹੈ। ਨੀ ਰਿਪਲੇਸਮੈਂਟ ਬਹੁਤ ਹੀ ਬੈਨੀਫਿਸ਼ੀਅਲ ਸਰਜਰੀ ਹੈ ਜਿਹਦੇ ਵਿੱਚ ਪੇਸ਼ੈਂਟ ਮੁੜ ਕੇ ਆਪਣੀ ਐਕਟੀਵਿਟੀ 'ਤੇ ਵਾਪਸ ਜਾ ਸਕਦਾ। ਡਾਕਟਰ ਸਾਹਿਬ, ਜਿਹੜਾ ਕੈਂਪ ਆ, ਇਹ ਕੈਂਪ ਕਿੰਨੀ ਦੇਰ ਤੱਕ ਚੱਲਣਾ ਜੀ? ਇਹ ਅਸੀਂ 1 ਮੰਥ ਲਈ ਲਗਾਇਆ ਹੈ, ਫਰੋਮ 1 ਜਨਵਰੀ ਟਿਲ 31 ਜਨਵਰੀ। ਅਤੇ ਇਹਨਾਂ ਦੇ ਜਿਹੜੇ ਰੇਟਸ ਹੋਣਗੇ ਨੋਰਮਲ ਨਾਲੋਂ ਬਹੁਤ ਜ਼ਿਆਦਾ ਵਾਜਿਬ ਹੋਣਗੇ। ਅਤੇ ਜ਼ਰੂਰੀ ਨਹੀਂ ਹੈ ਕਿ ਜੇ ਦੋਨੋਂ ਗੋਡੇ ਖਰਾਬ ਹੋਣ ਤਾਂ ਦੋਨੋਂ ਇੱਕੋ ਟਾਈਮ 'ਤੇ ਕਰਨੇ ਹੈ, ਅਸੀਂ ਇੱਕ ਇੱਕ ਕਰਕੇ ਵੀ ਬਦਲਾ ਸਕਦੇ ਹਾਂ। ਹਾਂਜੀ ਡਾਕਟਰ ਸਾਹਿਬ, ਸੁਣਨ 'ਚ ਆਇਆ ਜੀ ਵੀ SPS ਹੋਸਪਿਟਲ ਵਿਖੇ ਗੋਡਿਆਂ ਦੇ ਕਾਫੀ ਗੋਡੇ ਬਦਲਣ ਦਾ ਕੋਈ ਕੈਂਪ ਮੈਗਾ ਕੈਂਪ ਚੱਲ ਰਿਹਾ, ਉਹਦੇ ਬਾਰੇ ਜਾਣਕਾਰੀ ਦਿਓ। ਨਮਸਕਾਰ, ਮੈਂ ਡਾਕਟਰ ਮਨੀਸ਼ ਬੰਸਲ, ਹੱਡੀਆਂ ਅਤੇ ਜੋੜਾਂ ਦਾ ਸਪੈਸ਼ਲਿਸਟ, SPS ਹੋਸਪਿਟਲ ਲੁਧਿਆਣਾ। ਅਸੀਂ ਲੋਕਾਂ ਦੀ ਸੇਵਾ ਅਤੇ ਸਮਾਜ ਦੀ ਸੇਵਾ ਵਾਸਤੇ ਇੱਕ ਮੈਗਾ ਕੈਂਪ ਸ਼ੁਰੂ ਕੀਤਾ ਹੈ ਜਿਸ ਵਿੱਚ ਆਪਾਂ ਗੋਡਾ ਬਦਲਣ ਦਾ ਪ੍ਰੋਸੀਜਰ ਆਯੁਸ਼ਮਾਨ ਰੇਟ 'ਤੇ ਕਰ ਰਹੇ ਹਾਂ। ਤੁਹਾਨੂੰ ਉਨੇ ਹੀ ਪੈਸੇ ਦੇਣੇ ਪੈਣਗੇ ਜਿੰਨੇ ਕਿ ਇੱਕ ਆਯੁਸ਼ਮਾਨ ਪੈਕੇਜ ਦੇਣੇ ਪੈਂਦੇ ਹੈ। ਇਹਦੇ ਵਿੱਚ ਅਸੀਂ ਇੰਪੋਰਟਡ ਜ਼ਿਮਰ ਦਾ ਗੋਡਾ ਯੂਜ ਕਰ ਰਹੇ ਹਾਂ ਅਤੇ ਇਹ 'ਚ ਕੋਈ ਹਿਡਨ ਕੋਸਟ ਨਹੀਂ ਹੈ, ਸਿਰਫ ਜਿੰਨਾ ਆਯੁਸ਼ਮਾਨ ਦੀ ਕੋਸਟ ਹੈ ਉਨੇ ਹੀ ਕੋਸਟ ਅਸੀਂ ਇੰਪੋਰਟਡ ਜ਼ਿਮਰ ਦਾ ਗੋਡਾ ਬਦਲ ਰਹੇ ਹਾਂ। ਡਾਕਟਰ ਸਾਹਿਬ, ਕਿੰਨਾ ਟਾਈਮ ਲੱਗ ਜਾਵੇ ਗੋਡੇ ਚੇਂਜ ਕਰਨ ਨੂੰ, ਕਿੰਨਾ ਪ੍ਰੋਸੈਸ, ਕਿੰਨਾ ਟਾਈਮ ਲੱਗਦਾ? ਇੱਕ ਗੋਡਾ ਬਦਲਣ ਨੂੰ ਲਗਭਗ 1 ਤੋਂ 1.25 ਘੰਟੇ ਦਾ ਪ੍ਰੋਸੀਜਰ ਲੱਗਦਾ ਹੈ ਅਤੇ 2 ਤੋਂ 3 ਦਿਨ ਐਵਰੇਜ ਹੋਸਪਿਟਲ ਸਟੇ ਰਹਿੰਦਾ ਹੈ। ਇਹ ਉਹਦੇ ਵਿੱਚ ਹੀ ਇਹਦੀ ਪੈਕੇਜ ਦੇ ਵਿੱਚ ਹੀ ਸਾਰਾ ਕੁਝ ਪੈਕੇਜ ਦੇ ਵਿੱਚ ਹੈ ਅਤੇ ਇਹਦੇ ਇਲਾਵਾ ਤੁਹਾਨੂੰ ਕੋਈ ਖਰਚਾ ਨਹੀਂ ਕਰਨਾ ਪਏਗਾ ਜੀ। ਓਕੇ ਸਰ, ਥੈਂਕ ਯੂ। ਐਨਕਾਊਂਟਰ ਲੁਧਿਆਣਾ ਤੋਂ ਲਖਵੀਰ ਸਿੰਘ ਦੀ ਰਿਪੋਰਟ।